ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਦੇ ਦਿਨ ਪੰਜਾਬ ਸਰਕਾਰ ਅਤੇ ਸਰਕਾਰੀ ਬਾਬੂਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ। ਮੁੱਖ ਮੁੱਦਾ ਰਿਹਾ ਨਜਾਇਜ਼ ਖਨਨ ਅਤੇ ਲੋਕਾਂ ਤੋਂ ਵਸੂਲਿਆ ਜਾਂਦਾ ਗੁੰਡਾ ਟੈਕਸ ਅਤੇ ਖਾਲੀ ਖਜ਼ਾਨੇ ਦਾ ਵਾਰ ਵਾਰ ਉੱਠ ਰਿਹਾ ਧੂੰਆਂ। ਮੈਂ ਐਸਐਸਪੀ ਨੂੰ ਕਹਿਣਾ ਚਾਹੁੰਦਾ, ਐਸਐਸਪੀ ਸਾਹਿਬ, ਐਸ ਤੇ ਡੀਸੀ ਸਾਹਿਬ, ਆ ਤੁਹਾਡਾ ਜ਼ਿਲ੍ਹਾ ਸਭ ਤੋਂ ਵੱਧ ਗੰਦ ਜੇ ਕਿਸੇ ਪਿਆ ਤੇ ਤੁਹਾਡੇ ਤੇ ਰੋਪੜ ਜ਼ਿਲ੍ਹੇ ਚ ਪਿਆ। ਸ਼੍ਰੋਮਣੀ ਅਕਾਲੀ ਦਲ, ਜ਼ਿੰਮੇਵਾਰੀ ਤੁਹਾਡੀ ਹੈ। ਜੇ ਤੁਸੀਂ ਆ ਕਾਨੂੰਨ ਦੀ ਰਖਵਾਲੀ ਨਹੀਂ ਕਰ ਸਕਦੇ, ਫਿਰ ਗੁਨੇਗਾਰ ਤੁਸੀਂ ਵੀ ਹੈ। ਅੱਜ ਪੁਲਿਸ ਸੋਚਦੀ ਹੈ, ਅਫਸਰ ਸੋਚਦੇ ਹੈ ਕਿ ਅਸੀਂ ਜੋ ਮਰਜ਼ੀ ਨਜਾਇਜ਼ ਕੰਮ ਕਰ ਲਈਏ, ਸਰਕਾਰਾਂ ਦੇ ਸ਼ਹਿਰ ਤੇ ਕਰ ਲਈਏ, ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਮੈਂ ਇੰਨਾ ਦੱਸਣਾ ਚਾਹੁੰਦਾ ਭਾਰੀ ਸੰਗਤ, ਸਰਕਾਰ ਤੁਸੀਂ ਪੰਥ ਦੀ ਬਣਾਉਣਾ, ਸ਼੍ਰੋਮਣੀ ਅਕਾਲੀ ਦੇ ਬਣਾ ਦਿਓ, ਸਭ ਤੋਂ ਪਹਿਲੇ ਅਫਸਰਾਂ ਨੂੰ ਅੰਦਰ ਕਰਾਂਗੇ ਜਿਨ੍ਹਾਂ ਨੇ ਆ ਇਲੀਗਲ ਕੰਮ। ਜਿੱਥੇ ਜਿੱਥੇ ਮਾਈਨਿੰਗ ਹੋਣੀ ਹੈ, ਜਿੱਥੇ ਜਿੱਥੇ ਇਲੀਗਲ ਮਾਈਨਿੰਗ ਹੈ, ਉੱਥੇ ਐਸਐਚਓ ਕੌਣ ਹੈ, ਡੀਐਸਪੀ ਕੌਣ ਹੈ? ਜਦੋਂ ਇਹਨਾਂ ਨੂੰ ਥਾਣੇ ਚ ਫੜ ਕੇ ਅੰਦਰ ਕੀਤਾ, ਆਪਣੇ ਆਪ ਦੱਸਣਗੇ ਕਿਹਦਾ ਕਿਹਦੇ ਹੁਕਮ ਤੇ ਆਇਆ, ਉਹ ਮੰਤਰੀ ਵੀ ਨਾਲ ਦੇ ਨਾਲ ਜਾਊਗਾ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਪੰਥ ਦੀ ਸਰਕਾਰ ਆਉਂਦਿਆਂ ਹੀ ਰਿਸ਼ਵਤਖੋਰ ਅਫਸਰਾਂ ਅਤੇ ਮੰਤਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਲੀਗਲ ਮਾਈਨਿੰਗ ਨਹੀਂ ਹੈ, ਕਿਸੇ ਕੋਈ ਸਰਕਾਰੀ ਖਜ਼ਾਨੇ ਦੀ ਕੋਈ ਜਿਹੜਾ ਉਹਨੇ ਨਾਂ ਤੇ ਲੈ ਰਿਹਾ ਪੈਸਾ, ਉਹ ਡਕੈਤੀ ਕਰ ਰਿਹਾ, ਲੁੱਟ ਰਿਹਾ, ਤੇ ਐਸਐਸਪੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਇਲਾਕੇ ਕਿੰਨੀ ਲੁੱਟ ਚੱਲ ਰਹੀ ਹੈ। ਆ ਸਾਰੀ ਐਸਐਸਪੀ ਸਾਹਿਬ ਦਲੇਰੀ ਫੜੋ, ਇੰਨਾ ਕਾਂਗਰਸੀ ਮੰਤਰੀਆਂ ਤੋਂ ਡਰਨਾ ਛੱਡੋ, ਕਿਉਂਕਿ ਆਹ ਤਾਂ ਮੰਤਰੀ ਹੁਣ 1.5 ਸਾਲ ਦੇ ਹੀ ਰਹਿ ਗਏ ਹੈ, ਉਮਰ ਇਹਨਾਂ ਦੀ ਖਤਮ ਆ। ਹੁਣ ਜੇ ਬੇਇਨਸਾਫੀ ਤੁਸੀਂ ਗਲਤ ਕਰੋਗੇ ਤੇ ਇਨਸਾਫ ਤੁਹਾਨੂੰ ਹੀ ਦੇਣਾ। ਆਪਣੇ ਚਹੇਤਿਆਂ ਨੂੰ ਰਿਜ਼ਰਵ ਪ੍ਰਾਈਸ ਤੇ ਦੇਤੇ, ਬੜੀ ਸ਼ਰਾਰਤ ਨਾਲ ਇੱਕ ਥੱਲੇ ਕਲੌਜ਼ ਪਾਤਾ ਕਿ ਇਹਨਾਂ ਨੇ ਜਦੋਂ 300 ਕਰੋੜ ਦੀ ਆਪਸ਼ਨ ਕੀਤੀ, ਕਹਿੰਦੇ ਜੀ ਪੈਸਾ ਤਾਂ ਦੇਣਾ ਜਦੋਂ ਸਾਰੀਆਂ ਕਲੀਅਰੈਂਸਸ ਮਿਲਣਗੀਆਂ ਸਰਕਾਰ ਤਰਫੋਂ। ਤੇ ਸਰ ਉਹਨੇ ਮਾਈਨਿੰਗ ਨਾਲ ਰਲ ਕੇ ਉਹਨਾਂ ਨੇ ਕਹਿਤਾ ਸਰਕਾਰ ਤੋਂ ਕਲੀਅਰੈਂਸ ਲੈਣ ਦੀ ਲੋੜ ਨਹੀਂ, ਉਹਨਾਂ ਨੇ ਕਲੀਅਰੈਂਸ ਦਿੱਤੀ, 6 ਮਹੀਨੇ ਹੋ ਗਏ, 7-8 ਮਹੀਨੇ ਹੋ ਗਏ, ਤਕਰੀਬਨ 250 ਕਰੋੜ ਰੁਪਇਆ ਖਜ਼ਾਨੇ ਦਾ ਲੁੱਟ ਕੇ ਲੈ ਗਏ। ਤੇ ਹੁਣ ਕਰਨਗੇ, ਹਾਲੇ ਵੀ ਨਹੀਂ, ਸਾਰੀਆਂ ਮਾਈਨਾਂ ਦਾ ਪਹਿਲੇ ਦਿਨ ਤੋਂ ਕਬਜ਼ਾ ਕਰ ਲਿਆ ਇਹਨਾਂ ਨੇ, ਪਰ ਸਰਕਾਰ ਨੂੰ ਪੈਸਾ ਨਹੀਂ ਦੇ ਰਿਹਾ, ਆਪ ਗੁੰਡਾ ਟੈਕਸ ਲੈ ਕੇ ਆਪਣੀ ਜੇਬਾਂ ਜਾ ਰਹੇ ਹੋ। ਸੁਖਬੀਰ ਜੀ, ਇਸ ਕਰਕੇ ਆ ਸਾਰਿਆਂ ਦਾ ਸਾਫ ਦੇਣਾ ਪਊਗਾ, ਕਿਉਂਕਿ ਆ ਸਾਰਾ ਖਜ਼ਾਨੇ ਦੀ ਲੁੱਟ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਇਹ ਮੁਹਿੰਮ ਹੋਰ ਤੇਜ਼ ਕਰਨ ਦੀ ਗੱਲ ਆਖੀ ਜਾ ਰਹੀ ਹੈ। ਕੈਮਰਾਮੈਨ ਮਨਦੀਪ ਗੌਤਮ ਦੇ ਨਾਲ ਗੁਰਦੀਪ ਬੈਨੀਪਾਲ ਅਤੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।